ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਹਰਿਆਣਾ ਦੇ ਵਿੱਚ BJP ਦਾ ਇੱਕ ਨਾਰਾ ਹੈ, ਨਾ ਖਾਵਾਂਗੇ ਨਾ ਖਾਣ ਦੇਵਾਂਗੇ, ਇਮਾਨਦਾਰ ਸਰਕਾਰ, ਇਮਾਨਦਾਰੀ ਨਾਲ ਕਰਵਾ ਰਹੇ ਹਾਂ ਵਿਕਾਸ। ਇਸ ਤਰ੍ਹਾਂ ਦੇ ਅਕਸਰ ਤੁਸੀਂ BJP ਨੇਤਾਵਾਂ ਤੋਂ ਵੀ ਇਹ ਨਾਰੇ ਸੁਣਦੇ ਹੋਵੋਗੇ। ਇਹ ਦਾਅਵੇ ਕੀਤੇ ਜਾਂਦੇ ਹੈ ਕਿ BJP ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਘੁਟਾਲੇ ਨਹੀਂ ਕੀਤੇ ਜਾ ਰਹੇ, ਵਿਕਾਸ ਕੰਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਜਾ ਰਹੀ, ਨਾ ਕਿਸੇ ਨੂੰ ਹੇਰਾਫੇਰੀ ਕਰਕੇ ਖਾਣ ਦਿੱਤਾ ਜਾਂਦਾ, ਅਤੇ ਨਾ ਹੀ ਕੋਈ ਲੀਡਰ ਹੈ ਜਿਹੜਾ ਉਹ ਹੇਰਾਫੇਰੀ ਦੇ ਵਿੱਚ ਹਿੱਸਾ ਪੱਤੀ ਪਾਉਂਦਾ। ਪਰ ਹਾਲਾਤ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਮੰਡੀ ਕਾਲਿਆਂਲੀ ਦੇ ਵਾਰਡ ਨੰਬਰ 9 ਦੀਆਂ, ਜਿੱਥੇ ਇਮਾਨਦਾਰੀ ਵਾਲਾ ਵਿਕਾਸ ਤੁਸੀਂ ਆਪ ਦੇਖ ਸਕਦੇ ਹੋ। ਇਹ ਕਰੀਬ 2 ਮਹੀਨੇ ਪਹਿਲਾਂ ਹੀ ਇਸ ਗਲੀ ਦਾ ਨਿਰਮਾਣ ਕੀਤਾ ਸੀ, ਵਾਰਡ ਨੰਬਰ 9 'ਚ ਦੁਰਗਾ ਮੰਦਿਰ ਤੋਂ ਲੈ ਕੇ ਵਾਟਰ ਵਰਕਸ ਵਾਲੀ ਸੜਕ ਦਾ ਇਹ ਤਸਵੀਰ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ। 2 ਮਹੀਨੇ ਪਹਿਲਾਂ ਹੀ ਬਣੀ ਸੀ, ਇਸ ਤੋਂ ਪਹਿਲਾਂ ਇੱਕ ਹੋਰ ਜਗ੍ਹਾ 'ਤੇ ਪਹਿਲਾਂ ਵੀ ਟੁੱਟ ਗਈ ਸੀ, ਇਸੇ ਤਰ੍ਹਾਂ ਹੀ ਹੈ ਜਿਹੜੀ ਸੜਕ ਉਹ ਧਸ ਗਈ। ਸੜਕ ਧਸਣ ਨਾਲ ਮੁਹੱਲੇ ਦੇ ਲੋਕਾਂ ਨੇ, ਮੰਡੀ ਵਾਸੀਆਂ ਨੇ ਕਿਹਾ ਕਿ ਠੇਕੇਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਠੀਕ ਕਰਵਾਤਾ। ਦੁਬਾਰਾ ਫਿਰ ਇੱਕ ਹੋਰ ਜਗ੍ਹਾ ਤੋਂ ਗਲੀ ਧਸ ਗਈ ਅਤੇ ਨੇੜੇ ਤੇੜੇ ਦੇ ਲੋਕਾਂ ਦਾ ਬਹੁਤ ਮੁਸ਼ਕਲ ਹੋ ਗਿਆ, ਇੱਥੇ ਕੋਈ ਵੀ ਹਾਦਸਾ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਕਿ ਜਦੋਂ ਠੇਕੇਦਾਰ ਨੂੰ ਕਿਹਾ ਗਿਆ ਕਿ ਇਸ ਦਾ ਸਹੀ ਹੱਲ ਕੀਤਾ ਜਾਵੇ ਤਾਂ ਠੇਕੇਦਾਰ ਵੱਲੋਂ ਭੇਜਿਆ ਗਿਆ ਆਪਣੇ ਕਰਿੰਦਿਆਂ, ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਕੋਈ ਪਾਈਪ ਲੀਕੇਜ ਹੈ। ਜਦੋਂ ਪਾਈਪ ਲੀਕੇਜ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਤਰ੍ਹਾਂ ਦੀ ਕੋਈ ਪਾਈਪ ਲੀਕੇਜ ਨਹੀਂ ਸੀ। ਫਿਰ ਕਿਹਾ ਗਿਆ ਕਿ ਹੋ ਸਕਦਾ ਵਾਟਰ ਸਪਲਾਈ ਦੀ ਕੋਈ ਪਾਈਪ ਲੀਕੇਜ ਹੋਵੇ ਤਾਂ ਕਰਕੇ ਇੱਥੋਂ ਬੈਠ ਗਈ ਹੈ, ਤਾਂ ਵਾਟਰ ਸਪਲਾਈ ਮਹਿਕਮੇ ਤੋਂ ਵੀ ਜਦੋਂ ਇਹ ਚੈੱਕ ਕਰਵਾਇਆ ਗਿਆ ਤਾਂ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਦੇ ਪਾਈਪ ਲਾਈਨ ਹੈ ਜਿਹੜੀ ਉਹ ਸਹੀ ਹੈ, ਕਿਸੇ ਤਰ੍ਹਾਂ ਦੀ ਕੋਈ ਲੀਕੇਜ ਨਹੀਂ। ਅਤੇ ਆਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਖੁੱਲ੍ਹਾ ਕਿਸੇ ਹਾਦਸੇ ਨੂੰ ਨਿਉਤਾ ਦੇ ਰਹੀਆਂ ਇਹ ਤਸਵੀਰਾਂ। ਜਦੋਂ ਵੀ ਕੋਈ ਹਾਦਸਾ ਹੋ ਗਿਆ ਤਾਂ ਉਦੋਂ ਹੀ ਇਹ ਮਹਿਕਮਾ ਵੀ ਠੀਕ ਕਰਵਾ ਜੂਗਾ। ਅਤੇ ਇਹ ਲਾਪਰਵਾਹੀਆਂ ਤੁਸੀਂ ਦੇਖ ਸਕਦੇ ਹੋ ਠੇਕੇਦਾਰਾਂ ਵੱਲੋਂ ਕਿਸ ਤਰ੍ਹਾਂ, ਜਿਹੜੀ ਨਗਰ ਪਾਲਿਕਾ ਦੇ ਅੰਦਰ ਆਉਂਦੀ ਹੈ ਇਹ ਵਾਰਡ ਨੰਬਰ 9 ਮੰਡੀ ਕਾਲਾਂ ਵਾਲੀ ਦੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਨੇੜੇ ਤੇੜੇ ਦੇ ਲੋਕ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਵੀ ਕੋਈ ਸਾਧਨ ਕਿਸ ਤਰ੍ਹਾਂ ਟੱਪਦੇ ਹੋਣਗੇ ਅਤੇ ਕਦੋਂ ਵੀ ਕੋਈ ਹਾਦਸਾ ਹੋ ਸਕਦਾ। ਅਤੇ ਇਸੇ ਤਰ੍ਹਾਂ ਹੀ ਜੇ ਕੋਈ ਇਨਕੁਆਇਰੀ ਕੀਤੀ ਜਾਵੇ ਤਾਂ ਸਰਕਾਰ ਦੇ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਦੇ ਵਿੱਚ ਠੇਕੇਦਾਰਾਂ ਵੱਲੋਂ ਕਿਸ ਤਰ੍ਹਾਂ ਲਾਪਰਵਾਹੀ ਵਰਤੀ ਗਈ ਹੈ, ਇਸ ਲਾਪਰਵਾਹੀ ਨੂੰ ਕਿਸਨੇ ਸ਼ਹਿ ਦਿੱਤੀ ਆ, ਉਹ ਵੀ ਇਸ ਦੇ ਪਤੇ ਪਤਾ ਲੱਗ ਜਾਣਾ। ਅਤੇ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਸਰਕਾਰ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚੇ, ਤਾਂ ਕਿ ਪਤਾ ਲੱਗੇ ਕਿ ਜਿਹੜੇ ਸਰਕਾਰ ਦਾਅਵੇ ਕਰਦੀ ਹੈ, ਵਾਅਦੇ ਕਰਦੀ ਹੈ, ਧਰਾਤਲ 'ਤੇ ਜਿਹੜਾ ਉਹ ਕਿਸ ਤਰ੍ਹਾਂ ਸਰਕਾਰ ਦੇ ਵਿਕਾਸ ਕੰਮਾਂ 'ਚ ਸਿਉਂਕ ਵਾਂਗੂ ਲੱਗ ਕੇ ਭ੍ਰਿਸ਼ਟਾਚਾਰ ਕਿਵੇਂ ਚੱਲ ਰਿਹਾ। ਗਲੀ ਨੂੰ ਬਣਾਉਣ 'ਚ ਵਰਤੀ ਗਈ ਲਾਪਰਵਾਹੀ ਅਤੇ ਇਸ ਕੀਤੇ ਗਏ ਭ੍ਰਿਸ਼ਟਾਚਾਰ 'ਚ ਕਿਸ ਕਿਸ ਦਾ ਹੱਥ ਹੈ, ਕਿਸ ਨੇ ਇਹਨੂੰ ਸ਼ਹਿ ਦਿੱਤੀ ਹੈ, ਸਹੀ ਇਨਕੁਆਇਰੀ ਕੀਤੀ ਜਾਵੇ ਤਾਂ ਪੂਰੇ ਸਾਰੇ ਮਾਮਲਿਆਂ ਦਾ ਖੁਲਾਸਾ ਹੋ ਸਕਦਾ। ਪਰ ਸਰਕਾਰ ਦੀ ਨੀਤੀਆਂ ਨੂੰ, ਸਰਕਾਰ 'ਤੇ ਸਾਫ ਛਵੀ ਨੂੰ ਕਿਸ ਤਰ੍ਹਾਂ ਧੱਕਾ ਲਾਇਆ ਜਾ ਰਿਹਾ, ਇਹ ਤਸਵੀਰਾਂ ਦੇਖ ਰਹੇ ਹੋ ਮੰਡੀ ਕਾਲਾਂ ਵਾਲੇ ਦੀਆਂ। ਇਸ ਵੀਡੀਓ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੇਸਬੁੱਕ ਦੇਖ ਲਿਓ, ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ। ਬਹੁਤ ਬਹੁਤ ਧੰਨਵਾਦ।